ਇਹ ਸਧਾਰਨ ਖਿਡੌਣਾ ਤੁਸੀਂ ਬਹੁਤ ਜਲਦ ਬਣਾ ਕੇ ਘੰਟੇ ਬੱਧੀ ਮਜ਼ੇ ਕਰ ਸਕਦੇ ਹੋ। ਤੁਹਾਨੂੰ ਇੱਕ ਕਾਗਜ਼ ਦਾ ਕੱਪ, ਇੱਕ ਪੰਛੀ ਅਤੇ ਪਿੰਜਰਾ ਅਤੇ ਹੋਰ ਸਧਾਰਨ ਚੀਜ਼ਾਂ ਚਾਹੀਦੀਆਂ ਹਨ। ਇੱਕ ਸਾਈਕਲ ਦੇ ਚੱਕੇ ਦੀ ਡੰਡੀ ਉੱਤੋਂ ਇੱਕ ਪੰਛੀ ਅਤੇ ਪਿੰਜਰਾ ਚਿਪਕਾਓ। ਹੁਣ ਕਾਗਜ਼ ਦੇ ਗਲਾਸ ਵਿੱਚ ਦੋ ਅੱਧੀਆਂ ਪਾਈਪਾਂ ਨਾਲ ਗਲੀਆਂ ਕਰੋ ਅਤੇ ਸਾਈਕਲ ਦੇ ਚੱਕੇ ਦੀ ਡੰਡੀ ਭਾਵ ਕੇ ਗੱਜ ਉਸ ਵਿੱਚ ਪਾ ਦਿਓ। ਇਸ ਗੱਜ ਨੂੰ ਧਾਗੇ ਨਾਲ ਬੰਨ੍ਹ ਦਿਓ ਅਤੇ ਗਲਾਸ ਦੇ ਹੇਠਲੇ ਹਿੱਸੇ 'ਤੇ ਲਾ ਦਿਓ। ਹੁਣ ਧਾਗੇ ਨੂੰ ਲਪੇਟਣ ਲਈ ਚੱਕੇ ਦੀ ਦੇ ਗੱਜ ਨੂੰ ਘੁਮਾਓ। ਜਿਹੜਾ ਮੋਤੀ ਹੋਏਗਾ ਉਹ ਧਾਗੇ ਨੂੰ ਅੰਦਰ ਜਾਣ ਤੋਂ ਰੋਕੇਗਾ। ਹੁਣ ਧਾਗੇ ਨੂੰ ਖਿੱਚ ਕੇ ਛੱਡ ਦਿਓ। ਇਸ ਨਾਲ ਸਾਈਕਲ ਦਾ ਗੱਜ ਘੁੰਮੇਗਾ ਅਤੇ ਇੰਝ ਪ੍ਰਤੀਤ ਹੋਵੇਗਾ ਜਿਵੇਂ ਪੰਛੀ ਪਿੰਜਰੇ ਵਿੱਚ ਕੈਦ ਹੈ।